ਰੋਜ਼ਗਾਰ ਪ੍ਰਾਪਤੀ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਪਿਛਲੇ 3 ਮਹੀਨਿਆਂ ਤੋਂ ਪੱਕਾ ਮੋਰਚਾ ਲਾਈ ਬੈਠੇ ਬੇਰੋਜ਼ਗਾਰ ਟੈਟਪਾਸ ਬੀਐਡ ਅਧਿਆਪਕ ਯੂਨੀਅਨ ਦੀ ਅੱਜ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਪੰਜਾਬ ਨਾਲ ਮੀਟਿੰਗ ਹੋਈ ਮੀਟਿੰਗ ਤੋਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੇਰੋਜ਼ਗਾਰ ਟੈਟਪਾਸ ਬੀਐਡ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਹੋਰ ਬੇਰੋਜ਼ਗਾਰ ਟੈਟਪਾਸ ਬੀਐਡ ਅਧਿਆਪਕਾਂ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਨੇ ਕੋਈ ਵੀ ਆਸ਼ਵਾਸਨ ਨਹੀਂ ਦਿੱਤਾ ਹੈ ਤੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਨਾਲ ਹੋ ਇਸ ਲਈ ਉਹਨਾਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਮੁਰਤੋਂ 24 ਨਵੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ ਕੀਤਾ। ਆ ਸੁਖਵਿੰਦਰ ਸਿੰਘ ਢੱਲਵਾ ਸੂਬਾ ਪ੍ਰਧਾਨ ਟੈਟ ਪਾਸ ਬੇਰਜ਼ਗਰ ਬੀਏਡੀ ਆ ਦੇ ਆਪਕੋ ਜੀ ਨੇ ਪੰਜਾਬ। ਕਿਸ ਤਰ੍ਹਾਂ ਦੀ ਅੱਜ ਡਿਮਾਂਡ ਲੈ ਕੇ ਤੁਸੀਂ ਆਏ ਸੀਗੇ ਪ੍ਰੋਟੈਸਟ ਤੁਹਾਡਾ ਸੰਗਰੋਹ ਚ ਕਾਫੀ ਲੰਬੇ ਟਾਈਮ ਤੋਂ ਚੱਲ ਰਿਹਾ ਹੈਗਾ। ਪਿਛਲੇ 2 ਦਿਨ ਪਹਿਲੇ ਚੰਡੀਗੜ੍ਹ ਸਭਰੂਪ ਸਹਿਰ ਦੇ ਵਿੱਚ ਸਿੱਖਿਆ ਮੰਤਰੀ ਬੀਜੇਂਦਰ ਸਿੰਘ ਲਾ ਦੀ ਕੋਠੀ ਮੂਰੇ ਇਤੋਂ ਦੀ ਸਰਕਾਰ ਨੇ ਇਤੋਂ ਦੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਭਿਆਨਕ ਲਾਠੀ ਚਾਰਜ ਕੀਤਾ ਸੀ ਉਪਰੰਤ ਅੱਜ ਜਿਹੜੀ 19 ਤਰੀਕ ਦੀ ਮੀਟਿੰਗ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਐਜੂਕੇਸ਼ਨ ਸੈਕਟਰ ਦੇ ਨਾਲ ਸਾਡੇ ਨਾਲ ਤੈਅ ਹੋਈ ਸੀ ਜਿਹੜੀ ਮੀਟਿੰਗ ਤੋਂ ਵਿੱਚੋਂ ਅਸੀਂ ਬਾਹਰ ਆਏ ਹਾਂ ਅਸੀਂ ਜਿਹੜੀਆਂ ਸਾਡੀਆਂ ਪਿਛਲੀਆਂ ਡਿਮਾਂਡਸ ਨੇ ਜਿਦੇ ਵਿੱਚ 55% ਦੀ ਜਿਹੜੀ ਨੀਤੀ ਹੈ ਉਹ ਵਾਪਸ ਲਈਤੀ ਜਾਵੇ ਨਵੀਂ ਭਰਤੀ ਦਾ ਇਸ਼ਤਿਹਾਰ ਜਿਹੜਾ ਜਾਰੀ ਕੀਤਾ ਜਾਵੇ ਏਜ ਲੈਕਸਟ੍ਰੇਸ਼ਨ ਨੀਤੀ ਜਾਵੇ 42 ਤੇ 47 ਸਾਲ ਕੀਤੀ ਜਾਵੇ ਜਿਹੜੇ ਅਧਿਆਪਕ ਨੌਕਰੀ 58 ਸਾਲ ਦੀ ਕਰਨ ਬਾਅਦ ਵੀ ਨੌਕਰੀਆਂ ਕਰ ਰਹੇ ਨੇ ਉਹਨਾਂ ਨੂੰ ਰਿਲੀਵ ਜੇ ਜਿਹੜੀ ਕੱਲ ਦੀ ਡੇਟ ਹੈ 20 ਤਰੀਕ ਨੂੰ ਲਾਸਟ ਹੈ ਜਿਹੜੀਆਂ ਬੈਕ ਲਗਦੀਆਂ 12 13 ਪੋਸਟਾਂ ਆਈਆਂ ਸੀਗੀਆਂ ਹੈਂਡੀਕੈਪ ਵਾਸਤੇ ਜਿਹੜੀਆਂ 35 82 ਦਾ ਬੈਕ ਲਾ ਗਿਆ ਪਹਿਲਾਂ 35 82 ਦੀ ਭਰਤੀ ਹੋਈ ਸੀ ਪਰੰਤੂ ਜੂਨ 2018 ਦੇ ਵਿੱਚ ਜਿਹੜਾ ਨਵਾਂ ਐਕਟ ਬਣਿਆ ਹੈ ਉਹਦੇ ਮੁਤਾਬਕ ਗ੍ਰੈਜੂਏਸ਼ਨ ਦੇ ਵਿੱਚ 55% ਨੰਬਰ ਲਾਜ਼ਮੀ ਹੈ ਜਦੋਂ ਕਿ ਅਸੀਂ ਇਸ ਦਾ ਵਿਰੋਧ ਕਰਦੇ ਆ ਰਹੇ ਹਾਂ ਕਿ ਜਿਹੜੇ ਵਿਦਿਆਰਥੀਆਂ ਨੇ ਬੀਐਡ ਕਰ ਲਈ ਹੈ ਜਿਹੜੀ ਵੀ ਯੋਗਤਾ ਦੇ ਆਧਾਰ ਤੇ ਕਰ ਲਿਆ ਮੌਕੇ ਤੇ ਜਿਹੜੇ ਨਿਯਮ ਅਸੀਂ ਉਹਨਾਂ ਮੌਕਿਆਂ ਦੇ ਵਿੱਚ ਅੱਜ ਵੀ ਉਸੇ ਨਿਯਮਾਂ ਦੇ ਮੁਤਾਬਕ ਹੀ ਬੀਅਰਡ ਕੀਤੀ ਜਾ ਕਰਵਾਈ ਜਾ ਰਹੀ ਹੈ ਜਦ ਜਿਹੜੇ ਵਿਦਿਆਰਥੀ ਪਾਸ ਆਊਟ ਨੇ ਨਵੇਂ ਦਾਖਲੇ 55% ਨਾਲ ਕੀਤੇ ਜਾ ਸਕਦੇ ਪਰੰਤੂ ਜਿਹੜੇ ਪਹਿਲਾਂ ਪਾਸ ਆਊਟ ਨੇ ਉਹਨਾਂ ਨੂੰ ਸਾਰਿਆਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ 55% ਦੀ ਸ਼ਰਤ ਲਾਗੂ ਨਹੀਂ ਹੋਣੀ ਚਾਹੀਦੀ ਜਦੋਂ ਕਿ ਸੈਕਟਰੀ ਸਾਹਿਬ ਦਾ ਇਹ ਹੈਗਾ ਕਿ ਜੂਨ 2018 ਦੇ ਵਿੱਚ ਜਿਹੜਾ ਨਵਾਂ ਐਕਟ ਬਣਿਆ ਉਹਦੇ ਵਿੱਚ 55% ਜਿਹੜੀ ਲਾਗੂ ਕੀਤੀ ਜਾ ਚੁੱਕੀ ਹੈ ਵੀ ਜਦੋਂ ਤੱਕ ਇਸ ਨੂੰ ਬਕਵਾਕ ਡਿਪਾਰਟਮੈਂਟ ਦਾ ਪਰਸਨਲ ਵਿਭਾਗ ਹੈ ਫਾਈਨਾਂ ਅਸੀਂ ਆਵਾਦਾਂ ਤਰਨਾ ਉਸੇ ਤਰ੍ਹਾਂ ਸੰਗਰੂਹ ਜਾਰੀ ਹੈ ਆਉਣ ਵਾਲੀ 24 ਤਰੀਕ ਨੂੰ ਐਤਵਾਰ ਨੂੰ ਦੁਬਾਰਾ ਫੇਰ ਮੰਤਰੀ ਸਾਹਿਬ ਦੀ ਕੋਠੀ ਨੂੰ ਮਾਰਚ ਕਰਕੇ ਅਸੀਂ ਅਗਲਾ ਜਿਹੜਾ ਪ੍ਰੋਟੈਸਟ ਕਰਾਂਗੇ ਜੇਕਰ ਉਦੋਂ ਤੱਕ ਇਹਦੇ ਸਾਰੀਆਂ ਜਿਹੜੇ ਫਾਰਮੈਲਟੀਜ਼ ਪੂਰੀ ਕਰਕੇ ਇਸ ਦੀ ਕੋਈ ਜਨਤਕ ਅਨਾਉਂਸਮੈਂਟ ਨਹੀਂ ਆਉਂਦੀ ਤੇ ਜਿਹੜੀ ਅਪਲਾਈ ਕਰਨ ਦੀ ਡੇਟ ਕੱਲ ਹੈਂਡੀਕੈਪ ਦੀਆਂ ਭਰਤੀ ਵਾਸਤੇ 20 ਤਰੀਕ ਲਾਸਟ ਹੈ ਜਿਹਦੇ ਵਿੱਚ ਵਾਅਦਾ ਨਹੀਂ ਕੀਤਾ ਜਾਂਦਾ ਤਾਂ ਅਸੀਂ ਆਵਾਜ਼ਾਂ ਸੰਘਰਸ਼ ਉਸੇ ਤਰ੍ਹਾਂ ਸੰਗਰੂਹ ਜਾਰੀ ਰੱਖਾਂਗੇ ਅਸੀਂ ਇਹ ਆਸ ਕਰਕੇ ਆਏ ਸੀ ਕਿ ਇਸ ਕਿਉਂਕਿ ਪਹਿਲੀਆਂ ਦੋ ਤਿੰਨ ਮੀਟਿੰਗਾਂ ਦੇ ਵਿੱਚ ਵੀ ਤਕਰੀਬਨ ਤਿੰਨ ਜ ਮੀਟਿੰਗਾਂ ਦੇ ਵਿੱਚ ਸਾਡੀ ਇਹ ਮੰਗ ਬਾਰ-ਬਾਰ ਆ ਰਹੀ ਹੈ ਕਿ 55% ਦੀ ਜਿਹੜੀ ਨੀਤੀ ਆ ਵਾਪਸ ਲਈਤੀ ਜਾਵੇ ਕਿਉਂਕਿ ਜੂਨ 2018 ਦੇ ਵਿੱਚ ਇਹ ਐਕਟ ਬਣਿਆ ਗਿਆ ਜਦੋਂ ਤੋਂ ਸਾਨੂੰ ਪਤਾ ਲੱਗਿਆ ਅਸੀਂ ਉਦੋਂ ਤੋਂ ਤੇ ਮੰਗ ਕਰਦੇ ਆ ਰਹੇ ਹਾਂ ਪਰੰਤੂ ਅਜੇ ਤੱਕ ਕੋਈ ਅਨਾਉਂਸਮੈਂਟ ਨਹੀਂ ਹੋਈ ਅੱਜ ਵੀ ਮੰਤਰੀ ਸਾਹਿਬ ਵੱਲੋਂ ਸੈਕਟਰੀ ਸਾਹਿਬ ਵੱਲੋਂ ਕੋਈ ਅਨਾਉਂਸਮੈਂਟ ਨਹੀਂ ਸਿਰਫ ਹਰੋਸਾ ਦਿੱਤਾ ਗਿਆ ਜਦੋਂ ਤੱਕ ਇਹ ਅਨਾਉਂਸਮੈਂਟ ਨਹੀਂ ਆਉਂਦੀ ਸਾਡਾ ਪ੍ਰੋਟੈਸਟ ਹੈ ਜਿਹੜਾ ਉਸੇ ਤਰ੍ਹਾਂ ਜਾਰੀ ਰਹੂਗਾ ਦੀਪਕ ਕੰਬੋਜ਼ ਬੇਰਜ਼ਗਾਰੀ ਟੈਟਪਾਸ ਅਧਿਆਪਕ ਯੂਨੀਅਨ ਹਾਂਜੀ ਸਾਡੀ ਕਾਫੀ ਲੰਬੇ ਸਮੇਂ ਤੋਂ ਜਿਹੜੀ ਕਿ ਡਿਮਾਂਡ ਸੀਗੀ ਜਿਹੜੇ ਕਿ ਗ੍ਰੈਜੂਏਸ਼ਨ ਹੈਂਡੀਕੈਪਟ ਤੇ ਫਰੀडम फाइਟਰ ਦੇ ਉੱਪਰ ਲਾਗੂ ਕੀਤੀ ਗਈ ਸੀਗੀ ਤੇ ਨਵੀਂ ਵਰਤੀ ਦੀ ਉੱਪਰ ਵੀ ਅਸੀਂ ਚਾਹੁੰਦੇ ਸੀਗੇ ਜਿਹੜੀ ਕਿ ਨਵੀਂ ਵਰਤੀ ਹੋਣੀ ਹੈ ਉਹ ਪਲੱਸ 2 ਬੇਸ ਤੇ ਕੀਤੀ ਜਾਵੇ ਜਦੋਂ ਅੱਜ ਪੈਨਲ ਮੀਟਿੰਗ ਦੇ ਵਿੱਚ ਸਖਤਰ ਸਾਹਿਬ ਤੇ ਮੰਤਰੀ ਸਾਹਿਬ ਜੀ ਹੈਗੇ ਸੀਗੇ ਉਹਨਾਂ ਦੇ ਦੌਰਾਨ ਮੀਟਿੰਗ ਦੇ ਵਿੱਚ ਕਿਹਾ ਗਿਆ ਕਿ ਜਿਹੜੇ ਕਿ 2016 ਜਾਂ 17 ਵਾਲੇ ਉਹਨਾਂ ਦੀ ਪ੍ਰਪੋਜ਼ਲ ਬਣਾ ਕੇ ਅਸੀਂ ਜਿਹੜੇ ਕਿ ਵਿਭਾਗ ਨੂੰ ਭੇਜਾਂਗੇ ਜਿਹੜੀ ਕਿ ਤੁਹਾਡੇ 2016 ਜਾਂ 17 ਵਾਲੇ ਟੈਟ ਕੀਤਾ ਹੋਵੇ ਉਹਨਾਂ ਨੂੰ ਵਾਤੋ ਵਾਦ ਜਿਹੜੀ ਕੇ ਛੋਟ ਅਸੀਂ ਦੇਵਾਂਗੇ ਪੂਰੀ ਕੋਸ਼ਿਸ਼ ਕਰਾਂਗੇ ਤਾਂ ਜੋ ਜਿਹੜੇ ਕੇ ਤੁਹਾਡਾ ਵੀ ਹੱਲ ਨਿਕਲ ਸਕੇ